किनका एक जिस जी बसावे किनका एक जिस जी बसावे ताकि मैं सिमरो सिमर सिमर सुख पावो कल कलेश मन माए मिटावो सिमरो जास विसंबर एके नाम जपत अघनत अनेके वेद पुराण सिमरत सुधाकर इन राम राम नाम किनका एक जस जिया बसावे किनका एक जस जिया बसावे किनका एक जस जिया बसावे ताकि मैं मगनी न आवे मैं मगनी न आवे किनका एक जस जी बसावे किनका एक जस जी बसावे आँखिये के दरिस तुहारो नानक उन संग मोगे उदारो सुहमनी सुख अमृत प्रभ नाम भगत जना के मन बस राम कांखिये के दर्श तुहारो कांखिये के दर्श तुहारो नानक उन संग मोए उदारो इनका एक जस जी बसावे इनका एक जस जी बसावे ताकि मैं मगनी न आवे ताकि मैं संगत आज तुहानू इत्थे कौन लैके आया अज तुहानू इत्थे कौन लैके आया ओ किनका गज के आखो सतनाम सारी वाहिगुरु
ਉਹ ਕਿਨਕਾਂ ਅੱਜ ਸਾਨੂੰ ਇੱਥੇ ਲੈ ਕੇ ਆਇਆ ਜਿਹੜਾ ਬਾਬਾ ਹਰਭਜਨ ਸਿੰਘ ਜੀ ਨੇ ਹਿਰਦੇ 'ਚ ਵਸਾਇਆ, ਕਹਿ ਦਿਓ ਗੱਜ ਕੇ ਸਤਿਨਾਮ ਵਾਹਿਗੁਰੂ। ਬਸ 2 ਮਿੰਟ 'ਚ ਸਮਾਪਤੀ ਹੈ, ਸਿਰਫ ਹਾਜ਼ਰੀ ਹੈ। ਉਹਨਾਂ ਕੋਲੋਂ ਬੜੀਆਂ ਸੀਸਾਂ ਲਈਆਂ, ਪਿਆਰ ਲਿਆ, ਉਹ ਕਿਨਕਾ ਲੈ ਕੇ ਆਉਂਦਾ ਸੀ। ਮਾੜਾ ਜਿਹਾ ਸੰਗਤ ਨੂੰ ਪਤਾ ਹੋਏਗਾ ਵੀ ਜਿਹੜੀਆਂ ਬੱਚਿਆਂ ਦੀਆਂ ਲਹਿਰਾਂ ਚੱਲੀਆਂ 300 ਸਾਲ ਗੁਰਬਾਣੀ ਕੰਠ ਦੇ ਨਾਲ, 300 ਸਾਲ ਲਿਖਣ ਭਗਤੀ ਦੇ ਨਾਲ, ਸਿੱਖੀ ਸਰੂਪ ਦੇ ਨਾਲ, ਸਿੱਖ ਇਤਿਹਾਸ ਦੇ ਨਾਲ, ਇਹ ਮੈਂ ਸੱਚਾਈ ਕਹਿ ਰਿਹਾ, ਜਿਹੜੀ ਲਹਿਰ ਸ਼ੁਰੂ ਕਰੀ ਦੀ ਸੀ ਨਾ, ਅਤੇ ਪਹਿਲੇ ਫਿਰ ਇੱਥੇ ਆਉਣਾ ਬਾਬਾ ਹਰਭਜਨ ਸਿੰਘ ਜੀ ਕੋਲ ਨਾਨਕ ਸਰ, ਆ ਕੇ ਬੇਨਤੀ ਕਰਨੀ, ਆ ਕੇ ਬੇਨਤੀ ਕਰਨੀ ਕਿ ਬਾਬਾ ਜੀ ਆਹ ਲਹਿਰ ਸ਼ੁਰੂ ਹੋ ਰਹੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਆ ਕੇ ਬੇਨਤੀ ਕਰਨੀ ਉਹ ਜਿਹੜੀ ਲਹਿਰ ਹੈ ਉਹ ਤਰ੍ਹਾਂ ਵੀ ਸ਼ੁਰੂ ਹੋ ਸਕਦੀ, ਪਰ ਜਿਹਦੇ ਹਿਰਦੇ 'ਚ ਕਿਨਕਾ ਹੈ ਉਹਦੀ ਅਸੀਸ ਮਿਲ ਜੇ, ਕਹਿ ਦਿਓ ਗੱਜ ਕੇ ਸਤਨਾਮ ਸ੍ਰੀ ਵਾਹਿ। ਜਿੱਥੇ ਉਹ ਕਿਨਕਾ ਉਹਦੀ ਅਸੀਸ ਮਿਲ ਜੇ, ਪਿਆਰ ਮਿਲ ਜੇ, ਅਤੇ ਲਫ਼ਜ਼ ਸੁਣਿਓ ਜਰਾ, ਫਿਰ ਮੈਂ ਸਮਾਪਤੀ ਕਰ ਦੇਣੀ। ਕੀਰਤਨ ਵੱਲ ਧਿਆਨ ਰੱਖੋ ਸਾਰੇ, ਜਦੋਂ ਬਾਬਾ ਹਰਭਜਨ ਸਿੰਘ ਜੀ ਜਿਨ੍ਹਾਂ ਦੀ ਅੱਜ ਅਰਦਾਸ ਦੇ ਪਿਆਰ 'ਚ ਪਹੁੰਚੇ, ਜਦੋਂ ਕਹਿਣਾ ਨਾ ਬਾਬਾ ਜੀ ਇੰਝ ਲਹਿਰ ਆਰੰਭ ਕਰਨ ਲੱਗੇ ਹਾਂ, ਤਾਂ ਉਹਨਾਂ ਦੇ ਮੁੱਖ ਦੇ ਲਫ਼ਜ਼ ਹੁੰਦੇ ਸੀ, ਢਿੱਲੇ ਨਹੀਂ ਪੈਣਾ ਖਿੱਚੀ ਜਾਓ ਕੰਮ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਢਿੱਲੇ ਨਹੀਂ ਪੈਣਾ ਖਿੱਚੀ ਜਾਓ ਕੰਮ, ਅਤੇ ਦੂਜੇ ਲਫ਼ਜ਼ ਹੁੰਦੇ ਸੀ ਸੁਣਿਓ, ਆਸੇ ਪਾਸੇ ਨਹੀਂ ਵੇਖਣਾ, ਆਖੋ ਸਤਨਾਮ ਵਾਹਿਗੁਰੂ। ਆਸੇ ਪਾਸੇ ਨਹੀਂ ਵੇਖਣਾ, ਤੁਰੇ ਜਾਣਾ, ਤੇ ਤੀਜੇ ਲਫ਼ਜ਼ ਹੁੰਦੇ ਸੀ ਚੱਕ ਦਿਓ ਫੱਟੇ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਬਾਬਾ ਕੁੰਦਨ ਸਿੰਘ ਜੀ ਵੀ ਇਹ ਲਫ਼ਜ਼ ਵਰਤਦੇ ਸੀ, ਬਹੁਤ ਖੁਸ਼ ਹੋਣਾ ਤੇ ਕਹਿ ਦੇਣਾ ਚੱਕ ਦਿਓ ਫੱਟੇ ਵੀ ਕਰ ਦਿਓ, ਫਿਰ ਉਹ ਗੱਲ ਸਮਝਿਓ ਵੀ ਜਿਹਦੇ ਹਿਰਦੇ 'ਚ ਕਿਨਕਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦਾ ਟਿਕ ਗਿਆ, ਜਿਹਦੇ ਹਿਰਦੇ 'ਚ ਕਿਨਕਾ ਨਾਮ ਦਾ ਟਿਕ ਗਿਆ, ਉਹਦੇ ਮੁੱਖ 'ਚੋਂ ਇੰਨੇ ਲਫ਼ਜ਼ ਵੀ ਨਿਕਲ ਆਣ ਨਾ, ਢਿੱਲੇ ਨਹੀਂ ਪੈਣਾ ਖਿੱਚੀ ਜਾਓ ਕੰਮ, ਤੇ ਸਮਝ ਲਓ ਵੀ ਸਾਡਾ ਬਲ ਚੁੱਗਣਾ ਹੋ ਜਾਣਾ, ਵੀ ਹੁਣ ਇੱਕ ਮਹਾਂਪੁਰਸ਼ ਦੀ ਮੋਹਰ ਲੱਗ ਗਈ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਮੋਹਰ ਲੱਗ ਗਈ, ਇਹ ਜਿਤਨੇ ਮਾਈ ਭਾਈ ਬੈਠੇ ਹੋ, ਕਿਉਂਕਿ ਦਾਸ ਹੈਰਾਨ ਹੋ ਗਿਆ, ਹੁਣ ਵੀ ਲਖਨਊ ਤੋਂ ਆ ਰਹੇ ਹਾਂ ਸਿੱਧੇ, ਸਵੇਰੇ ਉੱਥੋਂ 6:05 ਦਾ ਜਹਾਜ਼ ਸੀ ਦਿੱਲੀ, ਦਿੱਲੀਓਂ ਬਾਈ ਰੋਡ, ਮੈਂ ਸੋਚਿਆ ਭੋਗ ਪੈਣ ਵਾਲਾ ਆਉਣਾ ਤੇ 100-200 ਹੀ ਰਹਿ ਗਏ ਹੋਣੇ ਸਾਰੇ, ਬਾਕੀ ਚਲੇ ਗਏ, ਆਖੋ ਸਤਨਾਮ। ਪਰ ਆਹ ਚੀਜ਼ ਵੇਖ ਕੇ ਮੈਂ ਬੜਾ ਹੈਰਾਨ ਹੋਇਆ ਕਿ ਜੇ ਸਿੰਘਾਪੁਰ ਤੋਂ ਬਾਬਾ ਹਰਭਜਨ ਸਿੰਘ ਜੀ ਦਾ ਸਰੀਰ ਅੰਮ੍ਰਿਤਸਰ ਹਵਾਈ ਅੱਡੇ 'ਤੇ ਆਇਆ, ਉੱਥੇ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ, ਆਖੋ ਸਤਨਾਮ। ਅਤੇ ਜਿਸ ਦਿਨ ਸਾਧ ਸੰਗਤ ਜੀ ਸਰੀਰ ਨੂੰ ਅਗਨ ਭੇਟ ਹਾਜ਼ਰੀ ਲੱਗੀ ਹੈ, ਉਸ ਦਿਨ ਵੀ ਪੈਰ ਰੱਖਣ ਦੀ ਜਗ੍ਹਾ ਨਹੀਂ,
ਤੇ ਅੱਜ ਵੀ ਜੇ ਅੰਤਮ ਅਰਦਾਸ ਹੈ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ, ਇਹ ਮਹਾਂਪੁਰਸ਼ਾਂ ਦੀ ਕਮਾਈ ਬੋਲਦੀ ਹੈ। ਗੱਜ ਕੇ ਆਖੋ ਸਤਨਾਮ। ਉਹ ਕਿਨਕਾ ਬੋਲਦਾ, ਉਹ ਕਿਨਕਾ ਅਰਦਾਸ ਕਰੋ ਸੱਚੇ ਪਾਤਸ਼ਾਹ, ਉਹ ਕਿਨਕਾ ਨਾਮ ਦਾ ਸਾਨੂੰ ਵੀ ਪ੍ਰਾਪਤ ਹੋਵੇ। ਅਤੇ ਵੱਡੀ ਜਿਹੜੀ ਅਗਲੀ ਗੱਲ, ਉਹ ਤੁਸੀਂ ਸਾਰਿਆਂ ਕੋਲ ਸੁਣਦੇ ਹੀ ਪਏ ਹੋ ਕਿ ਸਾਡੇ ਗੁਰੂ ਨਾਨਕ ਬਾਬਾ ਜੀ ਨੇ, ਸਾਡੇ ਕਲਗੀਆਂ ਵਾਲੇ ਬਾਬਾ ਜੀ ਨੇ, ਜਿਹੜਾ ਆਪਾਂ ਇੱਧਰ ਕਹਿੰਦੇ ਹਾਂ ਬਾਬਾ ਕੁੰਦਨ ਸਿੰਘ ਜੀ ਦਾ ਬਾਗ, ਉਸ ਬਾਗ ਦੇ ਸਿਰ 'ਤੇ ਹੱਥ ਰੱਖਿਆ। ਕਿਸੇ ਸੇਵਾਦਾਰ ਦੇ ਅੰਦਰ ਕੋਈ ਹੋਰ ਚੀਜ਼ ਨਹੀਂ ਆਣ ਦਿੱਤੀ, ਸਾਰਿਆਂ ਦੇ ਸਹਿਮਤੀ ਦੇ ਨਾਲ ਜਿਹੜੀ ਅਗਲੀ ਸੇਵਾ ਬਾਬਾ ਗੁਰਮੇਲ ਸਿੰਘ ਜੀ ਦੀ ਝੋਲੀ 'ਚ ਪਈ। ਆਖੋ ਸਤਨਾਮ। ਇਹ ਵੀ ਗੁਰੂ ਦੀ ਕਲਾ। ਅਤੇ ਬਾਬਾ ਗੁਰਮੇਲ ਸਿੰਘ ਜੀ, ਬੀਬੀ ਕੌਲਾਂ ਭਲਾਈ ਕੇਂਦਰ ਵੱਲੋਂ ਵੀ, ਅਤੇ ਮਾਤਾ ਰਮਨਪ੍ਰੀਤ ਕੌਰ ਜੀ ਵੱਲੋਂ ਵੀ, ਬਾਬਾ ਕੁੰਦਨ ਸਿੰਘ ਜੀ ਭਲਾਈ ਸੈਂਟਰ ਵੱਲੋਂ ਵੀ, ਇਹ ਪਿਆਰ ਦਸਤਾਰ ਸਾਰੀ ਪ੍ਰਵਾਨ ਕਰਿਓ। ਅਤੇ ਸਾਡੀਆਂ ਅਰਦਾਸਾਂ ਨੇ ਰੋਮ ਰੋਮ ਰਾਈ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣਾ। ਆਓ ਅੱਜ ਤੁਹਾਨੂੰ ਕੌਣ ਲੈ ਕੇ ਆਇਆ? ਉਹ ਜਿਹੜਾ ਮਹਾਂਪੁਰਸ਼ਾਂ ਦਰ ਨਾਮ ਦਾ ਕਿਨਕਾ ਕਮਾਈ ਦਾ, ਮੈਂ ਕਹਿੰਦਾ ਆਮ ਬੰਦਾ ਹੋਵੇ, ਜ਼ਰਾ ਜਿਹਾ ਸੰਗਤ 'ਚ ਮਾਨਤਾ ਹੋ ਜਾਵੇ, ਉਹ ਕਹਿੰਦਾ ਪਹਿਲੇ ਘਰ ਬਣਾ ਲਓ ਆਪਣੇ। ਆਖੋ ਸਤਨਾਮ। ਇਹ ਬਾਬਾ ਭਜਨ ਸਿੰਘ ਜੀ ਦੀ ਕੋਈ ਦੇਣੀਆਂ ਦੇ ਸਕੇਗਾ? ਕਰੋੜਾਂ ਦੇ ਸੰਗੀਆਂ 'ਚ ਵਿਚ ਰਿਹਾ, ਆਪਣੀ ਇੱਕ ਪੈਸੇ ਦੀ ਚੀਜ਼ ਨਹੀਂ, ਧਿਆਨ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵੱਲ। ਕਹਿ ਦਿਓ ਗੱਜ ਕੇ ਸਤਨਾਮ। ਕੇਵਲ ਉੱਧਰ ਸੇਵਾ ਵੱਲ, ਇਹ ਵੱਡੀਆਂ ਬਾਤਾਂ। ਜਤੀ ਸਤੀ ਪਹਿਰਾ, ਮਾਇਆ ਮੋਇਆ ਦੀ ਗੱਲ ਤੋਂ ਉੱਤੇ ਉੱਠਣਾ, ਕੇਵਲ ਦੇਖੋ ਅੱਜ ਦਿਨ ਕਿਹੜਾ ਰਲਿਆ, ਅੱਜ ਦਿਨ ਕਿਹੜਾ ਰਲਿਆ। ਗੁਰੂ ਅਰਜਨ ਦੇਵ ਜੀ, ਇਹ ਉਹਨਾਂ ਦੀ ਦੇਣ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਰੀ ਬਾਣੀ ਉਹਨਾਂ ਨੇ ਇਕੱਤਰ ਕੀਤੀ। ਉਹ ਗਏ ਮੋਹਨ ਜੀ ਕੋਲ ਨੰਗੇ ਪੈਰੀ ਸੈਂਚੀਆਂ ਲੈਣ, ਉਹਨਾਂ ਨੇ ਸਾਰੀ ਬਾਣੀ ਇੱਕ ਜਗ੍ਹਾ ਇਕੱਤਰ, ਉਸ ਬਾਣੀ ਦੀਆਂ ਸੇਵਾਵਾਂ ਉਹਨਾਂ ਦੇ ਸੇਵਾਦਾਰ ਪੂਰਨੇ ਪਾਏ। ਗੱਜ ਕੇ ਆਖੋ ਸਤਨਾਮ। ਦਿਹਾੜੀ 'ਚ 13 ਵਾਰੀ ਸੇਵਾ, 5 ਵਾਰੀ ਇਸ਼ਨਾਨ, ਇਹ ਮੇਰੇ ਵਰਗਾ ਸਟੇਜ ਤੋਂ ਬੋਲਣਾ ਸੌਖਾ, ਤੁਹਾਡਾ ਸੁਣਨਾ ਸੌਖਾ, ਕਰਨਾ ਬੜਾ ਔਖਾ। ਆਖੋ ਸਤਨਾਮ। ਅੱਜ ਦਿਹਾੜਾ ਵੀ ਉਹ ਜਿਨ੍ਹਾਂ ਨੇ ਇਹ ਦਾਤ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ, ਅੰਤਮ ਅਰਦਾਸ ਉਹਨਾਂ ਦੀ ਜਿਨ੍ਹਾਂ ਨੇ ਸਾਧ ਸੰਗਤ ਇਹ ਲਗਾਤਾਰ ਕਿੰਨੇ ਸਾਲ ਸੇਵਾ ਨਿਭਾਈ, ਅਤੇ ਅੱਗੋਂ ਜਿਨ੍ਹਾਂ ਦੀ ਝੋਲੀ 'ਚ ਪਈ, ਅਸੀਸਾਂ ਦੇ ਕੇ ਜਾਣਾ। ਮਹਾਰਾਜ ਸੱਚਿਆ ਪਾਤਸ਼ਾਹ ਆਪ ਕਿਰਪਾ ਕਰਿਓ। ਆਓ ਜੀ ਪੜਿਓ ਪਿਆਰ ਨਾਲ ਜੀ। ਕਿਨਕਾ ਏਕ ਜਸ ਜੀਐ ਬਸਾਵੈ, ਕਿਨਕਾ ਏਕ ਜਸ ਜੀਐ ਬਸਾਵੈ, ਤਾਂਕਿ ਮੈਂ ਮਗਨੀ ਨਾ ਆਵੈ, ਤਾਂਕਿ ਮੈਂ ਮਗਨੀ ਜਸ ਜੀਐ ਬਸਾਵੈ, ਆਏ ਕਿਨਕਾ ਏਕ ਜਸ ਜੀਐ ਬਸਾਵੈ, ਕਿਨਕਾ ਏਕ ਜਸ ਜੀਐ ਬਸਾਵੈ, ਕਿਨਕਾ ਏਕ ਜਸ ਜੀ ਬਸਾਵੈ। Please subscribe to our YouTube channel Sri Putra Sahib to get more updates and new videos of Sant Baba Sukhdev Singh Ji Dera Rumi Putra Sahib.